ओम शांति सत श्री अकाल जी मैं अमरजीत कौर दुआ आप जी ते नाल इस एकोंकार एक परमात्मा एक परमपिता ਦੇ 에피ਸੋਡ ਵਿੱਚ ਰਲ ਕੇ ਆਪ ਜੀ ਨੂੰ ਨਾਲ ਜਪਜੀ ਸਾਹਿਬ ਦੇ ਅਸੀਂ ਬਾਣੀ ਸਾਂਝ ਕਰ ਰਹੇ ਆ ਤੇ ਪਿਛਲੀ 에피ਸੋਡ ਵਿੱਚ ਅਸੀਂ ਪੌੜੀ ਨੰਬਰ 16 ਤੱਕ ਕਰ ਚੁੱਕੇ ਆ ਅੱਜ ਅਸੀਂ ਪੌੜੀ ਨੰਬਰ 17 ਸ਼ੁਰੂ ਕਰ ਰਹੇ ਆ ਪੌੜੀ 16 ਵਿੱਚ ਅਸੀਂ ਪੰਜ ਤੇ ਗੱਲ ਕੀਤੀ ਸੀ ਤੇ ਮਤਲਬ ਪੰਚ ਵਿੱਚ ਪਹੁੰਚਣ ਦੀ ਸਾਡੀ ਮਤਲਬ ਗੁਰੂਆਂ ਨੇ ਆਖਿਆ ਕਿ ਅਸੀਂ ਪਹੁੰਚ ਸਕਦੇ ਹਾਂ ਤੇ ਫਿਰ ਜ਼ਰੂਰ ਅਸੀਂ ਪਹੁੰਚ ਸਕਨੇ ਸੁਣੇ ਮੰਨੇ ਤੇ ਫਿਰ ਅਸੀਂ ਪੰਚ ਵਿੱਚ ਪਹੁੰਚਾਂਗੇ ਚਲਿਏ ਰਲ ਕੇ ਪੌੜੀ ਨੰਬਰ 17 ਵਿੱਚ 17 ਨੰਬਰ ਵਿੱਚ ਗੁਰੂ ਜੀ ਅਸੰਖ ਤੇ ਗੱਲ ਕਰਦੇ ਅਸੰਖ ਇੱਥੇ ਮਤਲਬ ਕਿ ਅਨ ਅਕਾਊਂਟੇਬਲ ਕਿੰਨੀਆਂ ਗੱਲਾਂ ਹੁੰਦੀਆਂ ਨੇ ਜਿਹੜਾ ਕਿ ਅਸੀਂ ਰਲ ਕੇ ਵਿਖਾਂਗੇ ਤੇ ਐਥੇ ਵੀ ਗੁਰਜੀ ਅੰਤ ਵਿੱਚ ਜੋ ਪਿਛਲੀ ਬਾਡੀ ਨੰਬਰ 16 ਦੇ ਐਂਡਿੰਗ ਵਿੱਚ ਅਸੀਂ ਗੱਲ ਕੀਤੀ ਸੀ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋਤ ਪਾਵੇ ਸਹੀ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਮਤਲਬ ਤੇਰੇ ਪਾਣੇ ਵਿੱਚ ਸਭ ਚੱਲ ਰਿਹਾ ਤੇ ਅਸੀਂ ਕੌਣ ਇਸ ਨੂੰ ਸਮਝਣ ਵਾਸਤੇ ਜਾਂ ਅਸੀਂ ਕੌਣ ਇਸ ਨੂੰ ਜਾਗਾ ਕਿਹਾ ਜਿਆਦਾ ਇਸ ਨੂੰ ਗੌਰ ਕਰਨ ਦਾ ਕਿਉਂਕਿ ਅਸੀਂ ਉਸ ਇਸ ਆਪਰ ਤੋਂ ਤੁਹਾਡੀ ਗੱਲ ਜਿਹੜੀ ਹੈ ਅਸੀਂ ਸਮਝ ਨਹੀਂ ਪਾਵਾਂਗੇ ਅਸੀਂ ਸਿਰ ਪਿਆਰ ਦੇ ਨਾਲ ਕਬੂਲ ਕਰਨਾ ਪਏਗਾ ਤੇ ਸਮਝਦਾ ਪਏਗਾ ਕਿ ਤੂੰ ਮੇਰਾ ਖਿਆਲ ਰੱਖ ਰਿਹਾ ਹੈ ਤੇ ਚਲੋ ਰਲ ਕੇ ਫੇਰ ਆਪਾਂ ਮਨ ਦੇ ਵਿੱਚ ਆਪਣੇ ਆਪ ਨੂੰ ਜੋਤੀਬਿੰਦੂ ਤੇ ਜੋਤੀਬਿੰਦੂ ਪਰਮਾਤਮਾ ਨੂੰ ਵੇਖੀਏ ਰਲ ਕੇ ਤੇ ਇਸ ਐਪੀਸੋਡ ਵੀ ਯੋਗ ਦੇ ਵਿੱਚ ਮਤਲਬ ਕਿ ਮੰਨ ਦੇ ਸਕਰੀਨ ਦੇ ਉੱਤੇ ਅਸੀਂ ਇੱਕ ਓੰਕਾਰ ਨੂੰ ਵੇਖਾਂਗੇ ਤੇ ਫਿਰ ਅਸੀਂ ਇਸ ਐਪੀਸੋਡ ਦੇ ਸੁੰਦੇ ਸੁੰਦੇ ਵੀ ਅਸੀਂ ਯੋਗ ਕਰ ਰਹੇ ਹੋਵਾਂਗੇ ਤੇ ਉਸ ਅਕਾਲਪੁਰਖ ਦਾ ਸ਼ਕਤੀ ਲਹਿ ਰਹੇ ਆ ਦਿਹਾਰੀ ਵਿੱਚ ਕਈ ਵਾਰੀ ਅਸੀਂ ਇਕੱਲੇ ਬੈ ਕੇ ਨਹੀਂ ਕਰ ਸਕਦੇ ਤੇ ਕਿਉਂ ਨਾ ਹੋਣੀ ਇਸ ਵੇਲੇ ਸਿਮਰਨ ਵਿੱਚ ਅਸੀਂ ਸੁਣੀਏ ਅਸੰਖ ਜਪ ਅਸੰਖ ਪਾਓ असंख पूजा असंख्य तपताओ असंग ग्रंथ मुख वेद पाठ असंख्य जोग मन रहे उदास असंख भगत गुण ज्ञान विचार असंख सती असंख्य तातार, असंख्य सूर मोपक सार असंख्य मोन लिवलाए तार कुदरत कवन कहाँ विचार वार्य न जावा एक वार जो पावे सही पलिकार तू सदा सलामत निरंकार ਅਸੰਖ ਜਪ ਅਸੰਖ ਪਾਓ ਗੁਰਜੀ ਇੱਥੇ ਕਹਿ ਰਹੇ ਨੇ ਕਿ ਤੈਨੂੰ ਜਪ ਰਿਆ ਇੰਨੇ ਤੈਨੂੰ ਪਿਆਰ ਕਰ ਰਹੇ ਨੇ ਇੰਨੇ ਅਸੰਖ ਪੂਜਾ ਅਸੰਖ ਤਪਤਾਓ ਤੈਨੂੰ ਪੂਜਾ ਕਰ ਰਹੇ ਨੇ ਇੰਨੇ ਤੈਨੂੰ ਤੇਰੇ ਤੈਨੂੰ ਪਾਣ ਵਾਸਤੇ ਤਪ ਕਰ ਰਹੇ ਨੇ ਕਿੰਨੇ unaccountable are the many that are your name chanting Unaccountable are the many that to all are ever so loving. Unaccountable are the many that are worshipping. Unaccountable are the many that do penance so severely, severely practicing. Countless recite out loud the scriptures and Vedas as prayers. Countless yogis do so silently in the mind remaining detached from the worldly flare. ਮਤਲਬ ਗੁਰਜੀ ਇਸ ਬਾਡੀ ਦੇ ਵਿੱਚ ਸਾਨੂੰ ਦੱਸਣਾ ਚਾਹੁੰਦੇ ਨੇ ਕਿ ਇੰਨਾ ਕੋ ਛੋੜੇ ਦੁਨੀਆਂ ਵਿੱਚ ਪਰ ਸਾਨੂੰ ਸਮਝਣਾ ਪੈਗਾ ਕਿ ਸਾਰੇ ਉਸ ਦੇ ਪਾਣਾਂ ਵਿੱਚ ਹੋ ਰਿਹਾ ਹੈ ਕੋਈ ਗਲਤ ਤਰੀਕੇ ਨਾਲ ਵੀ ਰਾਬਣੋ ਯਾਦ ਕਰ ਰਿਹਾ ਉਹ ਵੀ ਉਸ ਦੇ ਪਾਣੇ ਵਿੱਚ ਹੈ ਹਾਂ ਅਸੀਂ ਜੇ ਸਮਝਦੇ ਇਸ ਗੱਲ ਨੂੰ ਤੇ ਸਾਨੂੰ ਜਾਗਣਾ ਚਾਹੀਦਾ ਹੈ ਤੇ ਅਸੀਂ ਫਿਰ ਸਹੀ ਰਾਹ ਮਤਲਬ ਉਸੇ ਸਿਮਰਨ ਕਰਨ ਦਾ ਰਾਹ ਵਿੱਚ ਲੱਗੇ ਪਰ ਜਿੰਨਾ ਚਿਰ ਅਸੀਂ ਜਾਗਾਂਗੇ ਨਹੀਂ ਤੇ ਕਿ ਕਿਸੇ ਨੂੰ ਕ੍ਰਿਟਿਕਾਈਜ਼ ਕਰਨਾ ਨਹੀਂ ਚਾਹੀਦਾ ਤੇ ਜੇ ਅਸੀਂ ਜਾਗ ਵੀ ਪਏ ਆ ਤਾਂ ਵੀ ਅਸੀਂ ਕਿਸੇ ਨੂੰ ਕ੍ਰਿਟਿਕਾਈਜ਼ ਨਹੀਂ ਕਰ ਸਕਦੇ ਕਿਉਂਕਿ ਸਾਰਾ ਕੁਝ ਉਸੇ ਪਾਣਾ ਵਿੱਚ ਹੀ ਹੋ ਰਿਹਾ ਮਤਲਬ ਇਹ ਅਸੰਗ ਜਦ ਅਸੰਗ ਜੱਪ ਰਹੇ ਨੇ ਮਤਲਬ ਉਹ ਜਪ ਹੀ ਰਹੇ ਨੇ ਮਤਲਬ ਉਹ ਅਗੋ ਟੁਰਨੇ ਟੁੱਟ ਦੇਣੇ ਪਏ ਨੇ ਅਸ ਉਸ ਅਕਾਲ ਪ੍ਰਭੂ ਨੂੰ ਕਈ ਵਿਸ਼ਵਾਸ ਨਾਲ ਪਿਆਰ ਕਰਦੇ ਨੇ ਉਹ ਪਿਆਰ ਦੇ ਵਿੱਚ ਹੀ ਮਸਤ ਨੇ ਤੇ ਕਈ ਪੂਜਾ ਕਰਦੇ ਨੇ ਕਈ ਤਪ ਕਰਦੇ ਪਏ ਨੇ ਇਹ سارے ਤਰੀਕੇ ਨੇ ਜੋ ਲੋਕ ਕਰਦੇ ਨੇ ਅਸੰਗ ਗ੍ਰੰਥ ਮੁਗ ਵੇਦ ਪਾਠ ਮਤਲਬ ਕਈ ਲੋਕ ਨੇ ਜੋ ਕਿ ਸ਼ਾਸਤਰ ਨੂੰ ਵੀ ਪੜਦੇ ਪਏ ਨੇ ਵੇਦ ਨੂੰ ਗ੍ਰੰਥ ਨੂੰ ਇੰਨਾ ਪੜਦੇ ਪਏ ਨੇ ਪਾਠ ਕਰਦੇ ਨੇ ਅਸੰਗ ਜੋਗ ਮਨ ਰਹੇ ਉਦਾਸ ਤੇ ਕਈ ਹੈ ਨੇ ਜੜੇ ਕਿ ਸਮਝ ਲੈਣੇ ਕਿ ਆਪਣੇ ਮਨ ਨੂੰ ਉਦਾਸ ਰੱਖਣਾ ਹੀ ਰੱਬ ਨੂੰ ਪਾਣ ਦਾ ਤਰੀਕਾ ਹੈ ਫਿਰ ਉਹ ਆਪਣੇ ਆਪ ਨੂੰ ਉਦਾਸ ਉਦਾਸੀ ਵਿੱਚ ਚਲੇ ਜਾਂਦੇ ਨੇ ਮਤਲਬ ਮਾਰਦੇ ਵੀ ਨਹੀਂ ਕਈ ਕਈ ਲੋਕ ਅਲੱਗ ਤਰੀਕੇ ਨਾਲ ਰੱਬ ਅਲੱਗ-ਅਲੱਗ ਤਰੀਕੇ ਨਾਲ ਰੱਬ ਨੂੰ ਯਾਦ ਕਰਦੇ ਨੇ ਦੁਨੀਆ ਬਹੁਤ ਵੱਡੀ ਹੈ ਤੇ ਅਲੱਗ-ਅਲੱਗ ਲੋਕ ਬਹੁਤ ਅਜੀਬ-ਅਜੀਬ ਤਰੀਕੇ ਨਾਲ ਰੱਬ ਨੂੰ ਯਾਦ ਕਰ ਰਹੇ ਹੈ ਇਥੇ ਗੁਰਜੀ ਸਾਨੂੰ ਉਸ ਗੱਲ ਤੇ ਧਿਆਨ ਦਿਲਾਉਂਦੇ ਪਏ ਨੇ ਕਿ ਕਿੰਨੇ ਇਹੋ ਜਿਹੇ ਲੋਕ ਨੇ ਜੋ ਅਲੱਗ-ਅਲੱਗ ਤਰੀਕੇ ਨਾਲ ਮੈਨੂੰ ਯਾਦ ਕਰ ਰਹੇ ਨੇ ਅਸੰਖ भगत गुण ज्ञान विचार असंख सती असंख दाता असंख सूर मो पख सार असंख मोन लिवलाय तार कुदरत कवन कहाँ विचार वारे न जावा एक बार जो तुत पावे सही पलिकार तु सदा सलामत निरंकार Unaccountable are the numerous devotees that reflect your excellences and philosophies. Unaccountable are the many that are pure and countless that share your bounties ate gurji pehli jehri line hai asang pagat gun gyan vichar matlab kai pagat ne jara tere gun nu tere gyan nu vichar rahe ne te bahut achhi tarah kar rahe ne tere philosophy wagaira sab kuch samajh rahe ne te asang sati asang datar matlab eh ho je bhi hai ne jara ki sati ne matlab bahut sat ne bahut शुद्ध ਨੇ ਬਹੁਤ ਪਿਓਰ ਨੇ ਤੇ ਤੇਰੇ ਵਿੱਚ ਤੇਰੇ ਦਾਤਾਰ ਦੇ ਉੱਤੇ ਤੇਰੇ ਅਸੰਖ ਦਾਤਾਰ ਦੇ ਉੱਤੇ ਤੇਰੇ दांत ਦੇ ਉੱਤੇ ਜੋ ਤੂੰ ਦਿੰਦਾ ਹੈ ਉਹ दांत ਉਹਨੂੰ ਕੁਸ ਨੂੰ दांत ਕਹਿੰਨੇ ਆ ਉਹਦੇ ਉੱਤੇ ਗੌਰ ਕਰ ਰਹੇ ਇੰਗਲਿਸ਼ ਵਿੱਚ ਅਸੀਂ ਹੀ ਬੋਲਿਆ ਬਾਉਂਟੀਆਂ तो ਇੰਨੇ ਲੋਗ ਇਹ ਸਾਰਾ ਕੁਝ ਕਰ ਰਹੇ ਨੇ काउंटलेस ਆਰ ਦ ਬਰੇਵ ਦੈਟ ਬੇਅਰ ਆਲ ਅਟੈਕਸ ਵਿਦਾਊਟ ਅ ਮੂਨ countless the silent sages who are lovingly seated and focused on you alone asang sur mo pak sar matlab eh jo hai ne jare inne sur matlab inne brave ne inne shakti shaalne ne jada ki jo bhi usde utte waar karde ne oh aaram nal seh sakte ne matlab asang sur mo pak sar oh seh sakte ne jo usde utte waar jinna marzi karle ਕਰ ਦੇ ਨੇ ਇੰਨੀ ਉਹਨਿਤ ਵਿੱਚ ਸ਼ਕਤੀ ਹੈ ਸਾਰੇ ਕਰਿਸ਼ਮੇ ਵਾਲੇ ਸ਼ਕਤੀ ਨੇ ਕਈ ਉਸਦੇ ਵੀ ਬਾਰੇ ਗੁਰਜੀਕਰ ਗੱਲ ਕਰ ਰਹੇ ਨੇ ਮਤਲਬ ਦੁਨੀਆਂ ਵਿੱਚ ਇਹੋ ਜਿਹੇ ਲੋਕ ਹੈ ਨੇ ਜਿਹੜੇ ਸ਼ਕਤੀਸ਼ਾਲੀ ਨੇ ਅਸੰਗ ਮੋਨ ਲਿਵਾਇਤਾ ਕਈ ਉਹ ਜਿਹੜੇ ਲੋਕ ਨੇ ਕਿ ਉਹ ਗੱਲ ਹੀ ਨਹੀਂ ਕਰਨਗੇ ਉਹ ਚੁੱਪ ਵਿੱਚ ਅਕਾਲ ਪ੍ਰਗਨੋ ਮਤਲਬ ਉਹ ਆਪਣਾ ਮੋਨ ਵਿੱਚ ਹੀ ਰਹਿੰਦੇ ਨੇ ਇਹ ਨਾ ਇਸ ਦੇ ਵਿੱਚ ਵੀ ਬੜੀ ਸ਼ਕਤੀ ਚਾਹੀਦੀ ਹੈ ਮਤਲਬ ਇਹ ਜਿਹੜੇ ਗੁਰੂ ਜੀ ਕਹਿੰਦੇ ਨੇ ਨੇ ਲੋਗ ਨੇ ਬੇहद ਲੋਗ ਨੇ ਬੇਅੰਤ ਲੋਗ ਨੇ ਜਿਹੜੇ ਇਹੋ ਜਿਹੇ ਤਰੀਕੇ ਕਰ ਰਹੇ ਨੇ ਰੱਬ ਨੂੰ ਪਾਣ ਵਾਸਤੇ ਹੈਣੇ ਤੇ ਇਹ ਗਲਤ ਨਹੀਂ ਨਹੀਂ ਕਿਉਂਕਿ ਸਭ ਉਸ ਦੀ ਹੁਕਮ ਦੇ ਵਿੱਚ ਚੱਲ ਰਿਹਾ ਹੈ ਇਹ ਗੱਲ ਗੁਰੂ ਜੀ ਸਾਨੂੰ ਦੱਸਦੇ ਕਾਊਂਟਲੈਸ ਆ ਦਾ ਬਰੇਵ ਦੱਟ ਬੇ ਆਲ ਅਟੈਕਸ ਵਿਦਾਊਟ ਅ ਮੋਨ ਮਤਲਬ ਉਹ ਬੋਲਦੇ ਨਹੀਂ ਉ ਆਕਰਦੇ ਵੀ ਨਹੀਂ ਇੰਨਾ ਸਹਿਣ ਸ਼ਕਤੀ ਹੈ ਕਾਊਂਟਲੈਸ ਦਾ ਸਾਇਲੈਂਸ ਸੇਜਸ Who are lovingly seated and focused on your glance alone ਵੇਰ ਦੈਨ ਕੈਨ ਆਈ ਬਿਗਨ ਟੂ ਈਵਨ ਅੰਡਰਸਟੈਂਡ ਯੂ ਇਹੋ ਜੇ ਬੰਦੇ ਨੇ ਤੇ ਮੈਂ ਕਿਵੇਂ ਫਿਰ ਤੈਨੂੰ ਸਮਝਾਂ ਕੁਦਰਤ ਕਵਨ ਕਹਾ ਵਿਚਾਰ ਮੇਰੇ ਵਿੱਚ ਵਸ ਮੇਰੇ ਵਸ ਵਿੱਚ ਹੈ ਕਿ ਮੈਂ ਤੈਨੂੰ ਸਮਝਾਂ जन्ने लोग गुरु नानक देव जी कह रहे हैं कि इन्ने लोग इन्ना कुछ कर रहे ने तेरे पाने वास्ते तो मैं कौन मतलब अपने हौमे इतने कट है कि जन्ने लोग इन्ना कुछ करते हैं तो मैं मैं कि कर रही हाँ कुदरत कवन कहाँ विचार मैं कौन तेरी विचार करा तेरे कुदरत ते विचार करा वारे न जावा एक बार जो तुत भावे सही पलीकार ਤੂੰ ਸਦਾ ਸਲਾਮਤ ਨਿਰੰਕਾਰ ਮਨ ਲਬ ਤੇਰੇ ਬਾਣੀ ਵਿੱਚ ਹੀ ਸਾਰਾ ਕੁਝ ਚੱਲ ਰਿਹਾ ਹੈ ਮਤਲਬ ਅਸੀਂ ਜਦੋਂ ਇਹ ਅਸੰਖ ਦੀ ਪਉੜੀਆਂ ਸੁਣਨੇ ਆ ਸਮਝਦੇ ਆ ਫਿਰ ਅਸੀਂ ਸਮਝ ਪਾਵਾਂਗੇ ਕਿ ਇੰਨੀ ਇੰਨੀ ਵੱਡੀ ਵੱਡੀ ਗੱਲ ਗੁਰੂ ਜੀ ਕਰ ਰਹੇ ਨੇ ਤੇ ਅਸੀਂ ਸਿਰਫ ਸਿੰਪਲ ਗੁਰੂ ਨੇ ਸਾਨੂੰ ਤਰੀਕਾ ਦੱਸਿਆ ਅਕਾਲ ਪੁਰਖ ਨੇ ਸਾਨੂੰ ਦੱਸਿਆ ਕਿ ਇਹ ਸ਼ਕਤੀਆਂ ਦੋ ਤੋਂ ਉੱਤ ਉਸ ਦੀ ਦਰਗਾਹ ਵਿੱਚ ਜੇ ਤੂੰ ਪਿਆਰ ਪਾਣਾ ਹੈ ਜਿਹੜੇ ਪੰਜ ਦੇ ਪੌੜੇ ਵਿੱਚ ਅਸੀਂ ਸੁਣਿਆ ਸੀ ਕਿ ਉਸ ਦੀ ਦਰਗਾਹ ਵਿੱਚ ਅਸੀਂ ਜੇ ਮਾਨ ਪਾਣੇ ਪੰਛੇ ਪਾਵੇ ਦਰਗੇ ਮਾਨ ਤੇ ਅਸੀਂ ਫਿਰ ਉਸ ਸੁਣੇ ਮੰਨੇ ਉਸ ਦੀ ਗੱਲ ਨੂੰ ਸੁਣ ਕੇ ਮੰਨਣਾ ਪਏਗਾ ਤੇ ਪਹਿਲੀ ਪੌੜੀ ਵਿੱਚ ਗੁਰੂ ਜੀ ਨੇ ਕਈ ਗੱਲਾਂ ਨੂੰ ਪਹਿਲੇ ਹੀ ਡਿਲੀਟ ਕਰ ਦਿੱਤਾ ਕਿ ਚੁੱਪ ਰਹਿਣ ਦੇ ਨਾਲ ਅਗਰ ਮਨ ਦੀ ਸ਼ਾਂਤੀ ਮਨ ਦੀ ਚੁੱਪ ਨਹੀਂ ਹੁੰਦੀ ਤੇ ਫਿਰ ਕੀ ਫਾਇਦਾ ਇਸ ਇਸ਼ਨਾਨ ਕਰਨ ਦੇ ਨਾਲ ਕੀ ਫਾਇਦਾ ਭੁੱਖਾ ਭੁੱਖਾ ਰਹਿਣ ਦੇ ਨਾਲ ਕੀ ਫਾਇਦਾ ਜਿਆਦਾ ਕਿਤਾਬਾਂ ਪੜ੍ਹਨ ਦੇ ਨਾਲ ਕੀ ਫਾਇਦਾ ਤੇ ਮਤਲਬ ਅਸੀਂ ਖੁਸ਼ ਨਸੀਬ ਆਪਣੇ ਆਪ ਨੂੰ ਸਮਝਣਾ ਚਾਹੀਏ ਕਿ ਸਾਡੇ ਜ਼ਿੰਦਗੀ ਵਿੱਚ ਅਸੀਂ ਇੰਨੇ ਆਸਾਨ ਤਰੀਕੇ ਨਾਲ ਅਕਾਲ ਪੁਰਖ ਨੂੰ ਸਮਝ ਰਹੇ ਆ ਅਕਾਲ ਪੁਰਖ ਨੂੰ ਮਿਲ ਰਹੇ ਆ सिर्फ अपने आप को ज्योति बिंदु समझ के ज्योति बिंदु रूप में मरन देख के बस इन्ना ही करना है हाँ क्योंकि ये इन्नी शक्ति है। गुरु की दरगाह असी सिर्फ उसू याद करना इस उसू सिमरन करना उसकी दरगाह आने उसकी खुशी न जितने वास्ते ਕੋਈ ਵੱਡੀ ਅਸੀਂ ਇਨ ਮਤਲਬ ਇਨ ਇਨਾ ਲੋਕਾਂ ਜਿਹੜਾ ਇਹ ਕਰਦੇ ਪਏ ਨੇ ਅਸੀਂ ਉਹਨਾਂ ਨੂੰ ਮਾਨ ਦੇਣਾ ਚਾਹੀਦਾ ਐ ਅਸੀਂ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਉਹ ਵੀ ਪਾਣਾ ਵੇਚ ਹੀ ਜਾ ਰਹੇ ਨੇ ਉਹਨੂੰ ਅਸੀਂ ਕ੍ਰਿਡਿਸਾਈਜ਼ ਨਹੀਂ ਕਰਾਂਗੇ ਪਰ ਆਪਣੇ ਜਦੋਂ ਆਪਣੇ ਤੇ ਗੱਲ ਆਉਂਦੀ ਐ ਅਸੀਂ ਸਿਰਫ ਜਿਹੜੀ ਆਸਾਨ ਤਰੀਕਾ ਐ ਉਹ ਅਕਾਲਪੁਰ ਇਕ ਤੇ ਅੰਦਰ ਚਾਹ ਹੋਣੀ ਚਾਹੀਦੀ ਜੇ ਮੈਨੂੰ ਚਾਹ ਹੀ ਨਹੀਂ ਹੈ ਤੇ ਮੈਂ ਬੈਠੀ ਆ ਸਤਸੰਗ ਸੁਣਨ ਵਾਸਤੇ ਤੇ ਮੈਂ ਆਪਣੇ ਆਪ ਨੂੰ ਜੋਤੀ ਬਿੰਦੂ ਸਮਝ ਕੇ ਜੋਤੀ ਬਿੰਦੂ ਅਕਾਲਪੁਰਖ ਨੂੰ ਮਿਲ ਕੇ ਉਸ ਦੇ ਵਿੱਚ ਕੋਈ ਸ਼ੌਂਕ ਨਾ ਹੋਵੇ ਕੋਈ ਪਿਆਰ ਨਾ ਹੋਵੇ ਕੋਈ ਸਿਰਫ ਕਰ ਰਹੀਆਂ ਐਵੇਂ ਫਿਰ ਉਹ ਲਾਭਦਾਇਕ ਨਹੀਂ ਉਹ ਉਸ ਦੇ ਵਿੱਚ ਫਲ ਹੈਗਾ ਪਰ ਥੋੜਾ ਹੈਗਾ ਪਰ ਜੇ ਅਸੀਂ ਧਿਆਨ ਨਾਲ ਸੁਣ ਰਹੇ ਆ ਤੇ ਸਾਨੂੰ ਮਤਲਬ ਅੰਦਰ ਵਿਰਾਗ ਜਾਗ ਰਿਹਾ ਹੈ ਕਿ ਮੈਂ ਸੱਚ ਵਿੱਚ ਅਕਾਲ ਦੁਨੀਆ ਵਿੱਚ ਆਈ ਆ ਕਿਉਂ ਆਈ ਆ ਇਹ ਸਰੀਰ ਛੱਡ ਕੇ ਜਾਣਾ ਹੈ ਤੇ ਸਰੀਰ ਛੱਡ ਕੇ ਜਾਵਾਂਗੀ ਤੇ ਕਿੱਥੇ ਜਾਵਾਂਗੀ ਤੇ ਕਿੱਥੋਂ ਮੈਂ ਆਈ ਆ ਤੇ ਸਰੀਰ ਵਿੱਚ ਰਹਿਣ ਦਾ ਮਤਲਬ ਕੀ ਹੈ ਤੇ ਮੈਂ ਇਹ ਰਿਸ਼ਤੇ ਮੇਰੇ ਜਿਹੜੇ ਨੇ ਇਹਨੇ ਰਿਸ਼ਤੇ ਨੇ ਉਹਨਾਂ ਨਾਲ ਮੈਂ ਤੰਗ ਕਿ ਹੋ ਚੁੱਕੀ ਆ ਜਦੋਂ ਕੋ ਬਿਮਾਰ ਬੰਦਾ ਹੋ ਜਾਂਦਾ ਕਿੰਨਾ ਮਨ ਡੋਲਦਾ ਹੈ ਕਿ ਹਾਈ ਇਸ ਮੈਂ ਥੱਕ ਗਈ ਆ ਇਸ ਸਰੀਰ ਵਿੱਚ ਰਹਿ ਕੇ ਬਸ ਇਹ ਜ਼ਿੰਦਗੀ ਬਹੁਤ ਤੰਗ ਕਰਦੀ ਸਤਾਉਂਦੀ ਹੈ ਇਹੋ ਜਿਹਾ ਖਿਆਲ ਜ਼ਰੂਰ ਆਉਂਦਾ ਹੈ ਹਰ ਇੱਕ ਨਾਲ ਆਉਂਦਾ ਤੁਸੀਂ ਆਪਣੇ ਆਪ ਨੂੰ ਕਲਿਆਣਾ ਮਹਿਸੂਸ ਕਰੋ ਸਾਰੇ ਐਸਾ ਫੀਲ ਕਰਦੇ ਆਜਕਲ ਤੇ ਕਲਯੁਗ ਦੇ ਅੰਤਕੰਜੂ ਪਹੁੰਚ ਗਿਆ ਤੇ ਜੇ ਆਪਾਂ ਉਸ ਅਕਾਲ ਪੁਰਖ ਨੂੰ ਮਿਲ ਕੇ ਆਪਣੇ ਇਹ ਦੁੱਖ ਨੂੰ ਨਾਸ਼ ਕਰ ਲਈਏ ਤੇ ਸੁੱਖ ਨੂੰ ਪਾ ਲਈਏ ਬਾ ਤੇ ਦੁੱਖ ਨਾਸ਼ ਕਰ ਸਕਦੇ ਆ ਜਿਵੇਂ ਅਸੀਂ ਪੜ ਰਹੇ ਆ ਸਮਝ ਰਹੇ ਆ ਤੇ ਕਿਉਂ ਨਾ ਅਸੀਂ ਕਰੀਏ ਕਿਉਂ ਨਾ ਕਿਉਂ ਅਸੀਂ ਚਾਹੁੰਨੇ ਆ ਕਿ ਅਸੀਂ ਜਮ ਦੇ ਸਾਹਮਣੇ ਕਰੀਏ ਪਿਛਲੇ ਪੌੜੀ ਵਿੱਚ ਵੀ ਅਸੀਂ ਜਮ ਦੇ ਬਾਰੇ ਵੀ ਸੁਣਿਆ ਸੀ ਤੇ ਮਤਲਬ ਜਿਹੜੀ ਯੋਗ ਦੇ ਨਾਲ ਅਸੀਂ ਆਪਣਾ ਕਰਮ ਕੱਟ ਸਕਦੇ ਆ ਯੋਗ ਦੇ ਨਾਲ ਅਸੀਂ ਹੁਣੇ ਖੁਸ਼ੀ ਪਾ ਸਕਨੇ ਆ ਯੋਗ ਦੇ ਨਾਲ ਅਸੀਂ ਹੁਣੇ रबी राह जा सकने रबीर शक्ति पा सकने गुणवान बन सकने हैं तो क्यों ना फिर रब न मिलिए क्यों ना फिर उसको याद करिए इन्ना सौखा तो गल है ट्राई तो करके वेखिए शायद मैं इन्ना कुछ मिल जाए कि मैं छड़ नहीं पावगी इसको अक्सर गुरु नानक बुद्धा जीसस इन्हों इन्ना कुछ मिलया होगा तबी राह तो अपनी जिंदगी निचोवर कर लेन अपने ਜ਼ਿੰਦਗੀ Sacrifice ਕਿੱਤਾ ਇਸਰਾ ਵਾਸਤੇ ਜਿਸ ਜਿਸ ਨੂੰ ਅਸੀਂ ਰੋਲ ਮਾਡਲ ਬਣਾਇਆ ਉਹਨਾਂ ਨੇ ਰੱਬੀ ਰਹਾ ਵਾਸਤੇ ਆਪਣਾ ਜ਼ਿੰਦਗੀ ਦਿੱਤੀ ਹੈ ਤੇ ਕਿਉਂ ਨਾ ਅਸੀਂ ਵੀ ਉਹਨਾਂ ਵਰਗਾ ਬਣੀ ਪੜੇ ਵਿੱਚ ਵੀ ਸੁਣੀ ਅਸੀਂ ਕੀ ਸੰਤੋਖ ਤੇ ਦਇਆ ਸੰਤੋਖ ਤੇ ਦਇਆ ਇੰਨੇ ਵੱਡੇ ਵੱਡੇ ਗੁਣ ਨੇ ਸਾਡੇ ਵਿੱਚ ਕਿੱਥੇ ਹੈ ਤੇ ਉਸ ਨੂੰ ਲਿਆਉਣ ਵਾਸਤੇ ਆਪਣੀ ਜ਼ਿੰਦਗੀ ਵਿੱਚ ਸਾਨੂੰ ਅਕਾਲਪੁਰਖ ਨੂੰ ਮਿਲਣਾ ਪੈਗਾ ਕਿ ਤੋਂ ਅਸੀਂ ਸ਼ਾਪਿੰਗ ਕਰਨ ਜਾਈਏ ਗੁਣਾ ਵਾਸਤੇ ਸ਼ਕਤੀਆ ਵਾਸਤੇ ਕਪੜੇ ਦੀ ਲੋੜ ਹੈ ਤੇ ਅਸੀਂ ਡਿਪਾਰਟਮੈਂਟਸਟੋਰ ਚਲੇ ਜਾਨੇ ਆਂ ਫਲ ਫਰੂਟ ਦੀ ਲੋੜ ਹੈ ਤੇ ਅਸੀਂ ਸੁਪਰਮਾਰਕਟ ਜਾਂ ਮਾਰਕੀਟ ਚਲੇ ਜਾਨੇ ਆਂ ਬਲਕਿ ਜਿਸ ਸਾਨੂੰ ਰੱਬੀ ਗੁਣ ਚਾਹੀਦੇ ਆ ਤੇ ਫਿਰ ਰੱਬ ਕੋਲ ਜਾਣਾ ਪੈਗਾ ਤੇ ਚਲਿਏ ਰੱਬ ਕੋਲ ਜਾ ਕੇ ਰੱਬੀ ਗੁਣ ਦੀ ਸ਼ਾਪਿੰਗ ਕਰੀਏ ਫਿਰ ਅਸੀਂ ਸਮਝਾਂਗੇ ਔਰ ਇਹਦੇ ਵਿੱਚ ਕੋਈ ਖਰਚਾ ਵੀ ਨਹੀਂ ਹੈ ਸਿਰਫ ਸਾਨੂੰ ਆਪਣਾ ਟਾਈਮ ਦੇਣਾ ਪੈਗਾ ਆਪਣਾ ਪਿਆਰ ਦੇਣਾ ਪੈਗਾ ਆਪਣੇ ਮਨ ਦੇਣਾ ਪੈਗਾ ਤੇ ਮਨ ਦੇਣ ਦਾ ਤਰੀਕਾ ਬਹੁਤ ਆਸਾਨ ਹੈ ਕਿਉਂਕਿ ਕਈ ਵਾਰੀ ਸਾਰੇ ਕਹਿੰਦੇ ਨੇ ਮੇਰਾ ਮਨ ਬੜਾ फडਕਦਾ ਹੈ ਜਦੋਂ ਮੈਂ ਰੱਬ ਨੂੰ ਯਾਦ ਕਰਨ ਵਾਸਤੇ ਬੈਣੀ ਆ ਮੇਰਾ ਮਨ ਉੱਥੇ ਜਾਂਦਾ ਇੱਥੇ ਜਾਂਦਾ ਇਹ ਗੱਲ ਤਾਂ ਹੁੰਦੀ ਹੈ ਕਿਉਂਕਿ ਅਸੀਂ ਆਪਣੇ ਵਿਜ਼ਨ ਨੂੰ ਨਹੀਂ ਯੂਜ਼ ਕੀਤਾ ਹੈ ਇਹ ਮਨ ਦੇ ਅੰਦਰ ਇੱਕ ਵਿਜ਼ਨ ਨੇ ਇੱਕ ਸਕਰੀਨ ਹੈ ਜਿਸ ਰਾਹੀਂ ਕਈ ਐਪੀਸੋਡ ਵਿੱਚ ਦੱਸਿਆ ਕਿ ਮੈਂ ਹੱਥ ਵਿੱਚ ਇੱਕ ਸਟਰਾਬਰੀ ਵੇਖਾਂ ਤੇ ਮਨ ਦੇ ਵਿੱਚ ਸਟਰਾਬਰੀ ਦਾ ਫੋਟੋ ਆ ਜਾਂਦੀ ਹੈ ਮੈਂ ਆਪਣੇ ਪਿਤਾ ਜੀ ਦੀ ਤਸਵੀਰ ਦੇਖਾਂ ਤੇ ਮਨ ਵਿੱਚ ਪਿਤਾ ਜੀ ਦੀ ਤਸਵੀਰ ਆ ਜਾਂਦੀ ਹੈ ਉਸ ਜਗ੍ਹਾ ਤੇ ਜਿੱਥੇ ਇਹ ਆ ਜਾਂਦੀ ਹੈ ਉਹ ਵਿਜ਼ਨ ਉਸ ਸਕਰੀਨ ਦੇ ਉੱਤੇ ਉਸ ਜਗ੍ਹਾ ਤੇ ਮੈਂ ਆਪਣੇ ਆਪ ਨੂੰ ਜੋਤੀ ਬਿੰਦੂ ਆਤਮਾ ਵੇਖਣੇ ਤੇ ਉਸ ਇੱਕ ਪਰਮਾਤਮਾ ਨੂੰ ਵੇਖਣਾ ਏ ਵਿਜ਼ਨ ਨੂੰ ਜੈਸੀ ਯੂਜ਼ ਕਰਾਂਗੇ ਫਿਰ ਸੜਮਨ ਨਹੀਂ ਪਟਕੇਗਾ ਤੇ ਅਸੀਂ ਇਕਾਗਰ ਤੇ ਇਕਾਂਤ ਵਿੱਚ ਬੈ ਕੇ ਉਸ ਇੱਕ ਨੂੰ ਯਾਦ ਕਰੀਏ ਅਸੀਂ ਇਸ ਕਾਰਜ ਵਿੱਚ ਇੱਕ ਓੰਕਾਰ ਨੂੰ ਪਛਾਣਨ ਵਾਸਤੇ ਇੱਕ ਪਰਮ ਪਿਤਾ ਇੱਕ ਪਰਮਾਤਮਾ ਨੂੰ ਪਛਾਣਨ ਵਾਸਤੇ ਉਸਦੇ ਨਾਲ ਲਿਵ ਜੋੜਨ ਵਾਸਤੇ ਉਸ ਦੀ ਕਹਿਣਾ ਮੰਨਣ ਵਾਸਤੇ ਅਸੀਂ ਇਕੱਠੇ ਹੋਏ ਹਾਂ ਇਸ ਜਪਜੀ ਸਾਹਿਬ ਰਾਹੀ ਦੁਆਰਾ ਅਸੀਂ ਇੱਕ ਕਰ ਰਹੇ ਹਾਂ ਤੇ ਕਿਉਂ ਨਾ ਅਸੀਂ ਰਲ ਕੇ ਹੁਣੇ ਇਸ ਐਪੀਸੋਡ ਘਟਮੋਂ ਤਾਂ ਬੈਲਾਹਰਾਲ ਕੇ ਇੱਕ ਵਾਰੀ ਫਿਰ ਸਿਮਰਨ ਕਰੀਏ ਆਪਣੇ ਮਨ ਨੂੰ ਯੂਜ਼ ਕਰਦੇ ਆ ਆਪਣੇ ਵਿਜ਼ਨ ਨੂੰ ਯੂਜ਼ ਕਰਦੇ ਆ ਕਿਉਂਕਿ ਗੱਲਾਂ ਗੱਲਾਂ ਵਿੱਚ ਐਗਜ਼ੈਂਪਲਸ ਵਿੱਚ ਅਸੀਂ ਟਾਈਮ ਨਾ ਵੇਸਟ ਕਰੀਏ ਸਾਨੂੰ ਕਰਨਾ ਕੀ ਹੈ ਸਿਮਰਨ ਸ਼ਕਤੀ ਲੈਣੇ ਕਿੱਥੋਂ ਅਕਾਲਪੁਰਖ ਤੋਂ ਪੰਜ ਮਨਨਾ ਕਿਵੇਂ ਸਿਮਰਨ ਕਰਨਾ ਸੁਣੇ ਸੁਣਨ ਦਾ ਸ਼ਕਤੀ ਕਿਵੇਂ ਆਏਗੀ ਸਿਮਰਨ ਕਰਨਾ ਪਏਗਾ ਮਨਨ ਦੀ ਸ਼ਕਤੀ ਕਿੱਥੋਂ ਆਏਗੀ ਅਕਾਲਪੁਰਖ ਕੋਲੋਂ ਸਿਮਰਨ ਕਰਨਾ ਪੈਣਾ ਉਸ ਨੂੰ ਯਾਦ ਕਰਨੀ ਪੈਣਾ ਤੋਂ ਬਾਟਮ ਲਾਈਨ ਇਜ਼ ਨਾਮ ਬਾਟਮ ਲਾਈਨ ਇਜ਼ ਨਾਨਕ ਕੇ ਕਰ ਕੇਵਲ ਨਾਮ ਤੇ ਆਓ ਚੱਲੀਏ ਮਿਲ ਕੇ ਇੱਕ ਸੈਕਿੰਡ ਵਾਸਤੇ ਫਿਰ ਮੈਂ ਜੋਤੀ ਬਿੰਦੂ ਆਤਮਾ ਤੂੰ ਜੋਤੀ ਬਿੰਦੂ ਪਰਮਾਤਮਾ ਇਸ ਮਨ ਦੇ ਸਕਰੀਨ ਦੇ ਉੱਤੇ ਮੈਂ ਤੇ ਤੂੰ ਮਿਲ ਰਹੀ ਆ ਦੋ ਜੋਤੀ ਦਾ ਮਿਲਨ ਜੋਤੀ ਜੋਤ ਰਲੀ ਸੰਪੂਰਨ ਥਿਆਰਾ ਤੇਰੇ ਕਿਰਨੇ ਮੇਰੇ ਵਿੱਚ ਆ ਰਹੀ ਹੈ ਤੇ ਮੈਂ ਤੇਰੇ ਗੁਣ ਤੇ ਤੇਰੀ ਸ਼ਕਤੀ ਨੂੰ ਆਪਣੇ ਅੰਦਰ ਸਮੇਟ ਰਹੀ ਆ ਸਮਾ ਰਹੀ ਆ ਮੈਨੂੰ ਤੇਰੀ ਲੋੜ ਹੈਗਾ ਜੋ ਤੂੰ ਚਾਹੁੰਦਾ ਹੈ ਉਹ ਮੈਂ ਕਰਾਂਗਾ ਮੈਨੂੰ ਅਵੇਰਨੈਸ ਤੇ ਅਵੇਕਨਿੰਗ ਦਿਓ ਕਿ ਮੈਂ ਤੇਰਾ ਪਾਣਾ ਵਿੱਚ ਰਵਾਂ ਤੇਰਾ ਕਹਿਣਾ ਮੰਨਾਂ ਤੇਰੇ ਰਬੀ ਰਾਤੇ ਮੈਨੂੰ ਸ਼ੌਂਕ ਹੋਏ ਟਰੰਦਾ ਤੇ ਚਸਰਾ ਤੋਂ ਚਾਹੁੰਨਾ ਮੈਂ ਉਸਤਰਾ ਬਣ ਜਾਵਾਂ ਸ਼ੁਕਰ ਹੈ ਦਾਤਾ ਸ਼ੁਕਰ ਮੈਨੂੰ ਤੇਰੇ ਵਰਗਾ ਬੰਨਾ ਹੈਗਾ ਥੈਂਕ ਯੂ ਜੀ ਆਪ ਜੀ ਨੂੰ ASCII ਇਸ ਇੱਕੰਕਾਰ ਇੱਕ ਪਰਮਾਤਮਾ ਇੱਕ ਪਰਮ ਪਿਤਾ ਇਸ ਐਪੀਸੋਡ ਵਿੱਚ ਸੰਖ ਤੇ ਉਸ ਕੁਦਰਤ ਨੂੰ ਸਮਝਿਆ ਅਸੀਂ ਤੇ ਉਸ ਦੀ ਵਿਚਾਰ ਨਹੀਂ ਕਰ ਸਕਦੇ ਫਿਰ ਵੀ ਅਸੀਂ ਉਸ ਤੇ ਪਾਣਾ ਵਿੱਚ ਰਹਿਣ ਦਾ ਸ਼ਕਤੀ ਲੈਣਾ ਸਿੱਖਿਆ ਤੇ ਉਸ ਨੂੰ ਜੋੜ ਉਸ ਨਾਲ ਜੋੜਨਾ ਹੈ ਆਪ ਜੀ ਦਾ ਬਹੁਤ ਬਹੁਤ ਥੈਂਕ ਯੂ ਫਿਰ ਮਿਲਾਂਗੇ ਅਖਲੀਅਰ ਐਪੀਸੋਡ ਵਿੱਚ ਪੌੜੀ ਨੰਬਰ 18 ਅਗਲੀ ਵਾਰੀ ਥੈਂਕ ਯੂ ਸਤਿ ਸ੍ਰੀ ਅਕਾਲ